ਹਾਂ ਵੀ ਹਮਦਾ ਬੇਸਨ ਕਿੰਨੀ ਕਿਲੋ 1 ਕਿਲੋ ਹਾਂਜੀ ਤੇ ਇਹਦੇ ਚ ਲੂਣ ਮਿਰਚ ਕਿੰਨੀ ਕਿੰਨੀ ਪਾਣੀ ਹੈ ਲੂਣ ਮਿਰਚ 2 ਚਮਚੇ ਮਿਰਚਾਂ 2 ਚਮਚੇ ਮਿਰਚਾਂ ਆਹੋ 2 ਚਮਚੇ ਲੂਣ ਅੱਧਾ ਚਮਚਾ ਜਵੈਣ ਤੇ 2 1 ਚਮਚ ਗਰਮ ਮਸਾਲਾ ਆਹ ਆਲੂ ਕਿੰਨੇ ਨੇ ਤੇਰੇ ਕੋਲ ਆਲੂ ਕਿੰਨੇ ਨੇ ਤੇਰੇ ਕੋਲ 1/2 ਕਿਲੋ 1/2 ਕਿਲੋ ਤੇ ਪਾਲਕ ਪਾ ਹੂੰ ਪਾਈ ਨੇ ਤੇ 2 ਗੰਡੇ ਪਿਆਜ਼ 2 ਗੰਡੇ 2 ਗੰਡੇ ਪਿਆਜ਼ ਦੇ ਤੇ ਇਹਨਾਂ ਨੂੰ ਕੀ ਬਣਾਉਣ ਦਾ ਤਰੀਕਾਕਾਰ ਹੈ ਇਹਨਾਂ ਸਾਰੇ ਇਹਨਾਂ ਨੂੰ ਪਹਿਲੇ ਮਿਰਚਾਂ ਵਿੱਚ ਸੁੱਟੋ ਹਾਂਜੀ ਲੂਣ ਮਿਰਚ ਸੁੱਟੋ ਹਾਂ ਬੇਸਨ ਦੇ ਵਿੱਚ ਤੇ ਇਹਨੂੰ ਕਰੋ ਮਿਕਸ ਸਹੀ ਕਰਕੇ ਹਮਦਾਣਾ ਮਿਕਸ ਕਰਨਾ ਪਕੌੜੇ ਜਿਹੜਾ ਖਾਏਗਾ ਇੱਕ ਵਾਰੀ ਉਹ ਵੀ ਯਾਦ ਕਰੇਗਾ ਤੇ ਜਿਹੜਾ ਜਾ ਸਿੱਖੇਗਾ ਉਹ ਵੀ ਯਾਦ ਕਰੇਗਾ ਕਿ ਵਾਕਈ ਪਕੌੜੇ ਬਣੇ ਨੇ ਨਾਲ ਬੋਲ ਵੀ ਯਾਰ ਕੋਈ ਗੱਲ ਵੀ ਦੱਸ ਪੈ ਗਿਆ ਬੇਸਨ ਕਿਲੋ ਬੇਸਨ ਸੀ ਜੀ ਅਸੀਂ ਕਿਲੋ ਦੇ ਵਿੱਚੋਂ ਜਿਹੜਾ ਨਾ ਇਹ ਪਕੌੜਿਆਂ ਵਾਸਤੇ ਜਿਹੜਾ ਬਣਾਉਣਾ ਸੀ ਨਾ ਪਕੌੜੇ ਜਿਹੜੇ ਬਣਾਉਣੇ ਹਨ ਸਿਰਫ ਅਸੀਂ ਉਹ ਬੇਸਨ ਪਾਇਆ ਉਹਨਾਂ ਸੁੱਟਾਂਗੇ 1/2 ਕਿਲੋ ਆਲੂ ਸੁੱਟਾਂਗੇ ਅਸੀਂ ਪਾਲਕ ਚਲੋ ਹੁਣ ਇਹਨੂੰ ਮਿਕਸ ਕਰਨਾ ਮਿਕਸ ਕਰਕੇ ਜਿਹੜੇ ਜਿਹੜੇ ਲੋਕ ਵੀਡੀਓ ਸੁਣਨਗੇ ਦੇਖਣਗੇ ਪਕੌੜੇ ਬਣਾਏ ਨੇ ਆਪਣੇ ਆਪਣੇ ਘਰਾਂ ਦੇ ਵਿੱਚ ਸਾਰੇ ਚੈੱਕ ਕਰਿਓ ਪਕੌੜੇ ਕਿਹੋ ਜਿਹੇ ਆਪਣੇ ਆਪਣੇ ਘਰਾਂ ਦੇ ਵਿੱਚ ਪਕੌੜੇ ਚੈੱਕ ਕਰਿਓ ਕਿਹੋ ਜਿਹੇ ਬਣਾਏ ਨੇ ਬਣਾ ਕੇ ਵੇਖਿਓ ਬਣਾ ਕੇ ਵੇਖੋ ਆਪਣੇ ਘਰ ਪਾਣੀ ਪਾਓ ਜੀ ਪੈ ਗਿਆ ਪਾਣੀ ਘਿਓ ਸੁੱਟਣਾ ਇਹ ਲੋਕਾਂ ਨੂੰ ਦੱਸੀ ਜਾਣੀ ਇਹ ਕਿਸੇ ਗੁੜ ਦੀਆਂ ਗੱਲਾਂ ਨੇ ਠੀਕ ਹੈ ਇਹ ਪਕੌੜੇ ਨਾਲ ਮਜ਼ਾ ਬੜਾ ਆਉਂਦਾ ਠੀਕ ਹੈ ਜਿਹੜਾ ਪਕੌੜੇ ਖਾਏਗਾ ਲੇਕਿਨ ਯਾਦ ਕਰੇਗਾ ਇਹ ਪਕੌੜੇ ਆਪਣੇ ਆਪਣੇ ਮਨ ਨਾਲ ਘਰਾਂ ਦੇ ਵਿੱਚ ਚੈੱਕ ਕਰਨ ਬਣਾ ਕੇ ਫਿਰ ਲੋਕ ਆਉਂਦੇ ਨੇ ਅਸੀਂ ਵੀ ਅੱਗੋਂ ਇਹੋ ਜਿਹੇ ਪਕੌੜੇ ਬਣਾਉਣੇ ਹੁਣ ਇਹਨਾਂ ਨੂੰ ਮੈਂ ਤੁਹਾਨੂੰ ਟਰਾਈ ਕਰਕੇ ਦੱਸਾਂਗਾ ਲੋਕ ਸਾਰੇ ਆਪਣੇ ਘਰਾਂ ਦੇ ਵਿੱਚ ਵੇਖਣਗੇ ਅਸਾਂ ਪਕੌੜੇ ਮੁੰਡੇ ਨੇ ਪਕੌੜੇ ਬਣਾਏ ਸੀ ਵੇਖਣ ਬੜੇ ਮਜ਼ੇਦਾਰ ਸੀ ਪਕੌੜੇ ਬਣਦੇ ਨੇ ਮਜ਼ੇ ਵਾਲੇ ਅਤੇ ਖਸਤਾ ਅਤੇ ਮਜ਼ੇਦਾਰ ਨਾਲੇ ਉਂਝ ਵੀ ਰਮਜ਼ਾਨ ਦੀ ਸਪੈਸ਼ਲ ਡਿਸ਼ ਹੈ ਨਾ ਹੁੰਦਾ ਹਾਂਜੀ ਹੈਂ ਹਾਂਜੀ ਰਮਜ਼ਾਨ ਦੇ ਵਿੱਚ ਤਾਂ ਹਰ ਬੰਦਾ ਮਾੜਾ ਚੰਗਾ ਰਮਜ਼ਾਨ ਦੇ ਵਿੱਚ ਹਰ ਚੰਗਾ ਮੰਦਾ ਬੰਦਾ ਬਣਾਈ ਜਾਂਦਾ ਪਕੌੜੇ ਅੱਜ ਇਹਨਾਂ ਨਾਲ ਅਸੀਂ ਜ਼ਿਆਦਾ ਖੋਲਣਾ ਹਾਂਜੀ ਹਮਦਾ ਸਾਹਿਬ ਅੱਜ ਮੈਂ ਤੁਹਾਨੂੰ ਪਕੌੜੇ ਬਣਾ ਕੇ ਦੱਸਾਂਗੇ ਇੱਕ ਤਰੀਕਾ ਜੋ ਮਜ਼ਾ
Love it.